ਇਹ ਆ ਦੋਸਤੋ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ। ਪਿੰਡ ਦੇ ਵਿੱਚ ਜਿਹੜੀਆਂ ਝੀਲਾਂ ਬਣੀਆਂ ਹੋਈਆਂ ਨੇ, ਵਿੱਚ ਕਿਸ਼ਤੀ ਚੱਲਦੀਆਂ ਨੇ, ਭਾਵੇਂ ਪਿੰਡ ਦੀ ਸੱਥ ਦੀ ਗੱਲ ਕਰੀਏ, ਗਲੀਆਂ ਦੀ ਗੱਲ ਕਰੀਏ, ਸਾਰੀਆਂ ਬਹੁਤ ਸੋਹਣੇ ਤਰੀਕੇ ਨਾਲ ਬਣਾਈਆਂ ਹੋਈਆਂ ਨੇ। ਬਿਲਕੁਲ ਐਂ ਲੱਗਦਾ ਜਿਵੇਂ ਵਿਦੇਸ਼ ਦੇ ਵਿੱਚ ਆ ਗਏ ਹੋਈਏ, ਅਤੇ ਪਿੰਡ ਵਿੱਚ ਦਰੱਖਤ ਵੀ ਬਹੁਤ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਹੈ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਸੱਕਾਂ ਵਾਲੀ। ਅਤੇ ਆਹ ਜਿਹੜੇ ਤੁਸੀਂ ਪੇਡੇ ਵੇਖ ਰਹੇ ਹੋ, ਇਹਨੇ ਖਜੂਰਾਂ ਦੇ, ਅਤੇ ਪਿੰਡ ਦੇ ਵਿੱਚ ਆਉਂਗੇ ਨਾ, ਪਿੰਡ ਦੀ ਬਿਲਕੁਲ ਜਿਹੜੀ ਨਹਾਰ ਹੈ ਉਹ ਬਦਲੀ ਹੋਈ ਆ, ਅਤੇ ਬਹੁਤ ਸੋਹਣਾ ਪਿੰਡ ਦੇ ਵਿੱਚ ਝੀਲਾਂ ਬਣੀਆਂ ਹੋਈਆਂ ਨੇ, ਪਿੰਡ ਦੇ ਵਿੱਚ ਦਰੱਖਤ ਲੱਗੇ ਹੋਏ ਨੇ। ਜਿਹੜੀ ਇਹ ਸਾਰੀ ਦੇਣ ਕਹਿ ਦਈਏ ਆਪਾਂ ਵੀ, ਕਿਸ ਬੰਦੇ ਨੇ ਬਣਾਈ ਆ, ਉਹ ਹੈ ਇੱਥੋਂ ਦਾ ਸਰਪੰਚ। ਦੋਸਤੋ ਸਰਪੰਚ ਹੋਣ ਤਾਂ ਇਸ ਪਿੰਡ ਵਰਗੇ ਹੈ ਨਾ, ਅਤੇ ਆ ਜਾਓ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਈਏ, ਅਤੇ ਆ ਜਾਓ ਮੇਰੇ ਨਾਲ। ਅਤੇ ਆਹ ਦੇਖੋ ਬਈ, ਸਪੈਸ਼ਲ ਜਿਹੜੀ ਝੀਲ ਬਣਾਈ ਹੋਈ ਆ ਪਿੰਡ ਦੇ ਵਿੱਚ ਝੂਟੇ ਲੈਣ ਵਾਸਤੇ, ਕਿਸ਼ਤੀਆਂ ਦੇ ਕਿਸ਼ਤੀਆਂ ਬਣੀਆਂ ਹੋਈਆਂ ਨੇ, ਵਿਚਾਲੇ ਇੱਕ ਜਿਹੜਾ ਪ੍ਰਾਚੀਨ ਖੂਹ ਕਹਿ ਦਈਏ ਹੈ ਨਾ, ਉਹ ਬਣਿਆ ਹੋਇਆ, ਅਤੇ ਉਦੋਂ ਗਾਹਾਂ ਜਾਓਗੇ ਜੇ ਤੁਸੀਂ ਤਾਂ ਇੱਕ ਬਹੁਤ ਸੋਹਣਾ ਸ਼ੈੱਡ ਬਣਿਆ ਹੋਇਆ, ਥੱਲੇ ਕੁਰਸੀਆਂ ਰੱਖਣ ਵਾਸਤੇ ਆ ਰੱਖੀਆਂ ਹੋਈਆਂ ਨੇ, ਤਾਂ ਬੈਠਣ ਵਾਸਤੇ ਹੈ ਨਾ, ਵੀ ਝੀਲ ਦਾ ਨਜ਼ਾਰਾ ਤੁਸੀਂ ਵਿੱਚ ਬੈਠ ਕੇ ਵੀ ਜਿਹੜਾ ਲੈ ਸਕਦੇ ਹੋ, ਅਤੇ ਇੱਧਰ ਜਿਹੜੀਆਂ ਕਿਸ਼ਤੀਆਂ ਨੇ, ਤਾਂ ਬਹੁਤ ਸੋਹਣਾ ਜਿਹੜਾ ਇਹ ਪੰਜਾਬ ਦਾ ਪਿੰਡ ਬਣਿਆ ਹੋਇਆ। ਪਿੰਡ ਦਾ ਨਾਮ ਦੱਸ ਦਈਏ, ਸੱਕਾਂ ਵਾਲੀ ਪਿੰਡ ਹੈ, ਮੁਕਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਪਿੰਡ ਪੈਂਦਾ ਹੈਗਾ, ਅਤੇ ਸਰਪੰਚ ਵੱਲੋਂ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਗਿਆ ਹੈ ਨਾ। ਅਤੇ ਬਾਕੀ ਆ ਜਾਓ ਇੱਥੋਂ ਦੇ ਲੋਕਾਂ ਨਾਲ ਜਿਹੜੀ ਗੱਲਬਾਤ ਕਰ ਦਿਆਂਗੇ ਆਪਾਂ, ਅਤੇ ਕਿਵੇਂ ਕਦੋਂ ਬਣਿਆ ਸੀ ਹੈ ਨਾ, ਅਤੇ ਕਿਵੇਂ ਜਿਹੜਾ ਕੀ ਯੋਗਦਾਨ ਹੈ, ਕੋਈ ਬਾਹਰ ਲਿਆਉਣ ਦਾ ਜਿਹੜਾ ਯੋਗਦਾਨ ਹੈ ਜਾਂ ਫਿਰ ਪਿੰਡ ਦੇ ਵਿੱਚੋਂ ਹੀ ਜਿਹੜਾ ਸਰਪੰਚ ਸੀ ਉਹਨਾਂ ਨੇ ਬਣਵਾਇਆ ਹੈਗਾ, ਤਾਂ ਆਪਾਂ ਸਾਰੀ ਗੱਲਬਾਤ ਕਰਦੇ ਹਾਂ। ਪਿੰਡ ਦੇ ਵਿੱਚ ਆਪਸੀ ਲੋਕਾਂ ਦਾ ਪਿਆਰ ਵੀ ਬਹੁਤ ਹੈ। ਜੇ ਤੁਸੀਂ ਆਥਣ ਵੇਲੇ ਕਿਤੇ ਪਿੰਡ ਦੇ ਵਿੱਚ ਜਾਂ ਪਾਰਕ ਦੇ ਵਿੱਚ ਗੇੜਾ ਮਾਰੋਗੇ, ਤਾਂ ਸਾਰੇ ਲੋਕ ਜਿਹੜੇ ਸੱਥਾਂ ਦੇ ਵਿੱਚ ਪਾਰਕਾਂ ਦੇ ਵਿੱਚ ਇਕੱਠੇ ਬੈਠਦੇ ਆ। ਦੋਸਤੋ ਪਿੰਡ ਕਾਹਦਾ? ਚੰਡੀਗੜ੍ਹ ਹੀ ਆ। ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਨਾ, ਤੁਹਾਨੂੰ ਚੰਡੀਗੜ੍ਹ ਯਾਦ ਆ ਜੂਗਾ। ਪੰਜਾਬ ਵਿੱਚ ਕਿਤੇ ਵੀ ਅਜਿਹਾ ਪਿੰਡ ਨਹੀਂ ਦੇਖਿਆ ਹੋਣਾ। ਬਹੁਤ ਸੋਹਣਾ ਪਿੰਡ ਬਣਾਇਆ, ਖੂਬਸੂਰਤੀ ਨੂੰ ਲੈ ਕੇ ਹੈ ਨਾ, ਸਾਰੇ ਪਾਸੇ ਜਿਹੜੇ ਖਜੂਰਾਂ ਦੇ ਪੇਡੇ ਲੱਗੇ ਹੋਏ ਨੇ, ਪ੍ਰਾਚੀਨ ਜਿਹੜੇ ਪਿੰਡ ਦੇ ਵਿੱਚ ਖੂਹ ਬਣੇ ਹੋਏ ਨੇ, ਅਤੇ ਹੋਰ ਚੀਜ਼ਾਂ ਦਿਖਾਉਂਦੇ ਹਾਂ ਅੱਜ ਤੁਹਾਨੂੰ। ਅਤੇ ਇੱਧਰਲੇ ਪਾਸੇ ਆ ਜਾਓ, ਆ ਦੋਵੇਂ ਪਾਸੇ ਜਿਹੜੀਆਂ ਝੀਲਾਂ ਬਣੀਆਂ ਹੋਈਆਂ ਨੇ, ਝੀਲਾਂ ਦੇ ਵਿੱਚ ਜਿਹੜੀਆਂ ਕਿਸ਼ਤੀਆਂ ਛੱਡਦੇ ਨੇ, ਉੱਧਰ ਸਾਹਮਣੇ ਕਿਸ਼ਤੀਆਂ ਵੀ ਨੇ, ਅਤੇ ਇੱਧਰ ਵਿਚਕਾਰ ਜਿਹੜੀ ਇੱਕ ਬਹੁਤ ਸੋਹਣੀ ਜਿਹੜੀ ਆਪਾਂ ਬੈਠਣ ਨੂੰ ਕਹਿ ਦਈਏ ਹੈ ਨਾ, ਇੱਕ ਸੱਥ ਕਹਿ ਦਈਏ ਛੋਟੀ ਜਿਹੀ, ਆਪਾਂ ਸ਼ੈੱਡ ਦੇ ਥੱਲੇ ਕੁਰਸੀਆਂ ਲਾਈਆਂ ਹੋਈਆਂ ਨੇ, ਟੇਬਲ ਲਾਇਆ ਹੋਇਆ ਵਿਚਾਲੇ। ਆਹ ਦੇਖੋ ਇੱਥੇ ਜਿਹੜਾ ਟੇਬਲ ਲਾਇਆ, ਆਲੇ ਦੁਆਲੇ ਜਿਹੜੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ, ਤਾਂ ਜਿਹੜਾ ਕੋਈ ਖਾਣਾ ਪੀਣਾ ਇੱਥੇ ਬੈਠ ਕੇ ਬਜ਼ੁਰਗ ਬੈਠਦੇ ਨੇ ਹੈ ਨਾ, ਮੁੰਡੇ ਨੌਜਵਾਨ ਕਹਿ ਦਈਏ, ਪਿੰਡ ਸਾਰੇ ਬੈਠਦੇ ਨੇ, ਅਤੇ ਇੱਧਰਲੇ ਪਾਸੇ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ। ਪਿੰਡ ਦਾ ਨਾਮ ਹੈ ਜੀ ਸੱਕਾਂ ਵਾਲੀ। ਅਤੇ ਜਿਹੜਾ ਆਪਾਂ ਗੱਲਬਾਤ ਕਰੀਏ ਵੀ ਜਿਹੜਾ ਇਹ ਉਪਰਾਲਾ ਕੀਤਾ ਕੀ ਨੇ, ਤਾਂ ਪਿੰਡ ਦਾ ਜਿਹੜਾ ਸਰਪੰਚ ਹੈ ਉਹਨਾਂ ਵੱਲੋਂ ਜਿਹੜਾ ਇਹ ਤਕਰੀਬਨ 6-7 ਸਾਲ ਪਹਿਲਾਂ ਇਹ ਪਿੰਡ ਬਣਾਇਆ ਗਿਆ ਸੀਗਾ, ਅਤੇ ਬਹੁਤ ਸੋਹਣਾ ਪਿੰਡ 'ਤੇ ਪੈਸਾ ਲੱਗਿਆ ਹੋਇਆ। ਜੇ ਸਾਰੇ ਪੰਜਾਬ ਦੇ ਆਪਾਂ ਕਹਿ ਦਈਏ ਹੈ ਨਾ, ਵੀ ਲੋਕਾਂ ਦੇ ਜਿਹੜੇ ਮੋਹਤਵਾਰ ਬੰਦੇ ਨੇ, ਭਾਵੇਂ ਉਹ ਸਰਪੰਚ ਹੈ ਭਾਵੇਂ MSC ਆ, ਅਤੇ ਜੇ ਇੰਨਾ ਕੁ ਵਧੀਆ ਉਪਰਾਲਾ ਕਰਨ ਲੱਗ ਜਾਂ, ਤਾਂ ਮੈਨੂੰ ਲੱਗਦਾ ਪੰਜਾਬ ਬਹੁਤ ਸੋਹਣਾ ਹੋ ਜੇ। ਤਾਂ ਦੋਸਤੋ ਕਦੇ ਵੀ ਤੁਸੀਂ ਇੱਧਰ ਆਉਂਦੇ ਹੋ ਮੁਕਤਸਰ ਸਾਈਡ, ਤਾਂ ਮੁਕਤਸਰ ਦੇ ਵਿੱਚ ਇਹ ਪਿੰਡ ਪੈਂਦਾ ਸੱਕਾਂ ਵਾਲੀ, ਘੁੰਮ ਕੇ ਜ਼ਰੂਰ ਜਾਇਓ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਹੋਰ ਬਾਬਾ ਜੀ ਠੀਕ ਹੋ? ਹਾਂਜੀ। ਅੱਛਾ ਬਾਬਾ ਜੀ, ਜਿਹੜਾ ਇਹ ਪਾਰਕ ਬਣਿਆ ਹੋਇਆ ਗਾ, ਅਤੇ ਇਹ ਕਿੰਨਾ ਨੇ ਬਣਵਾਇਆ ਸੀ? ਪਾਰਕ ਕਿੰਨਾ ਨੇ ਬਣਾਇਆ ਸੀ? ਹਾਂਜੀ ਠੀਕ ਹੈ, ਪਾਰਕ ਨੂੰ ਦੱਸ ਦਿੰਦਾ। ਹਾਂਜੀ ਪਹਿਲਾਂ ਤਾਂ ਤੁਸੀਂ ਆਪਦਾ ਪਿੰਡ ਦੱਸੋ, ਕਿੱਥੋਂ ਆਏ ਆ ਜੀ? ਆਇਆਂ ਨੂੰ ਅਸੀਂ ਆਏ ਬਾਬਾ ਜੀ ਮਾਨਸੇ ਤੋਂ। ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਤੋਂ। ਠੀਕ ਹੈ ਜੀ, ਇਹ ਜੀ ਬਾਦਲ ਸਰਕਾਰ ਦੀ ਦੇਣ ਆ। ਅੱਛਾ ਜੀ, ਸੋਚ ਸਮਝ ਮੁੰਡਿਆਂ ਨੇ ਹਾਂ ਹੂੰ ਕੀਤੀ ਆ, ਚਰਨਜੀਤ ਸੰਧੂ ਸਰਦਾਰ। ਅੱਛਾ, ਸੋਚ ਉਹਦੀ ਆ। ਅੱਛਾ, ਅੱਧੀ ਨਕਸ਼ੇ ਅਤੇ ਸਲਾਹ ਇੱਥੇ ਆਪਣੀ ਚੱਲੀ। ਅੱਛਾ, ਕੌਣ ਸੀ ਮਤਲਬ ਉਹ? ਚਰਨਜੀਤ ਸਰਪੰਚ। ਅੱਛਾ, ਪਿੰਡ ਦਾ ਸਰਪੰਚ ਸੀਗਾ। ਹੋਰ? ਅੱਛਾ ਅੱਛਾ, ਕਿੰਨੇ ਕੁ ਟਾਈਮ ਹੋ ਗਿਆ ਬਾਬਾ ਜੀ ਬਣੇ ਨੂੰ? ਇਹਨੂੰ ਬਣੇ ਨੂੰ 8 ਤੋਂ ਲੈ ਕੇ 15-16 ਹੀ ਤਿਆਰ ਹੋ ਗਿਆ ਸੀ, 13
ਛੱਪੜ ਲੀਕ ਹੈ ਸਭ ਤੋਂ ਪਹਿਲਾਂ ਛੱਪੜ ਲੀਕ ਹਾਂ ਉਹ ਪਸ਼ੂਆਂ ਵਾਸਤੇ ਨੱਕੇ ਬਣੇ ਠੀਕ ਹੈ ਜੀ ਤੇ ਜਦੋਂ ਕਿਸ਼ਤੀਆਂ ਲਿਆ ਛੱਡੀਆਂ ਤੇ ਇੱਥੇ ਪਵਲਖ ਵੇਖਣ ਆ ਗਈ ਇੰਨੇ ਕੁ ਬੂਟੇ ਲਾ ਤੇ ਅੱਛਾ ਬੂਟੇ ਲਾ ਤੇ ਪਵਲਖ ਆ ਗਈ ਇਹਨੂੰ ਵੇਖਣ ਫਿਰ ਉਹ ਰਜਿਸਟਰ ਹੁੰਦਾ ਸੀ ਮੇਰੇ ਕੋਲ ਉਹ ਲਿਖਾ ਲੈਂਦਾ ਵਿਚਾਰ ਉਹਨਾਂ ਦੇ ਜੋ ਬੱਸਾਂ ਭਰ ਭਰ ਕੇ ਆਈਆਂ ਲੁਧਿਆਣਿਆਂ ਤੋਂ ਪਰਿਵਾਰ ਦਾ ਪਰਿਵਾਰ ਉਹਨਾਂ ਦੇ ਵੀ ਆਪਦਾ ਛੱਪੜ ਬਣਾ ਹੋਰ ਕਿਤੇ ਤੇ ਝੀਲ ਹੀ ਰਹਿਣ ਦੋ ਕੱਲੀ ਅੱਛਾ ਮੈਂ ਇਹਨੂੰ ਸਰਪੰਚ ਨੂੰ ਵਿਖਾ ਦਿੰਦਾ ਜੋ ਮਹੀਨੇ ਦੋ ਮਹੀਨਿਆਂ ਤੋਂ ਰਜਿਸਟਰ ਫਿਰ ਰਲ ਕੇ ਉਹ ਬੰਦ ਕਰਤੇ ਠੀਕ ਹੈ ਇਹ ਨੌ ਮਹੀਨਿਆਂ 'ਚ ਪਾਰਕ ਅਤੇ ਪਿੰਡ ਅੱਗੇ ਇਲੈਕਸ਼ਨ ਆ ਗਿਆ ਸੀਗਾ ਅੱਛਾ ਅੱਛਾ ਜਦੋਂ ਬਾਦਲ ਸਰਕਾਰ ਰੋਜੀ ਵਰਕਨ ਦੀ ਐਮ ਐਲ ਏ ਬਣਿਆ ਠੀਕ ਹੈ ਜੀ ਇਹਨੂੰ ਸਾਨੂੰ ਨੌ ਮਹੀਨਿਆਂ 'ਚ ਪਿੰਡ ਅਤੇ ਪਾਰਕ ਕੱਢਿਆ ਵੇਲਾ ਕਿੰਨਾ ਕੁ ਟਾਈਮ ਹੁੰਦਾ ਬਹੁਤ ਹਾਂ ਬਹੁਤ ਇਹਨਾਂ ਦਾ ਗਟਕਾ ਪਾਇਆ ਪਿੰਡ ਦੇ ਵਿੱਚ ਠੀਕ ਹੈ ਕਿਤੇ ਵੀ ਕਾਣੋ ਨਹੀਂ ਕੀ ਛੱਡੀ ਕੋਈ ਕਾਹਲ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਇਹ ਨੌ ਮਹੀਨਿਆਂ 'ਚ ਪਿੰਡ ਅਤੇ ਪਾਰਕ ਤਿਆਰ ਕੀਤਾ ਠੀਕ ਹੈ ਜੀ ਪੂਰੇ ਪਿੰਡ ਦੇ ਵਿੱਚ ਜਿਵੇਂ ਪੂਰੇ ਹਾਂ ਇਹਦੇ ਤੇ 20-25 ਲੱਖ ਰੁਪਇਆ ਲੱਗਿਆ ਇਹਦੇ ਤੇ ਆਰਡਰ ਲੇਬਰ ਸੀ ਲੇਬਰ ਹੀ ਪਤਾ ਨਹੀਂ ਇੰਨੇ ਲਿਆਂਦੇ ਸੀ ਠੇਕੇਦਾਰ ਲਿਆਂਦੇ ਥਾਂ ਥਾਂ ਤੇ ਇਲੈਕਸ਼ਨ ਤੋਂ ਪਹਿਲਾਂ ਹਾਂ ਵੀ ਕੰਪਲੀਟ ਕਰਤਾ ਜਾਲੀਆਂ ਵਾਲੇ ਅੱਡ ਸੀ ਅੱਛਾ ਇੰਨੀ ਲੇਬਰ ਲੱਗੀ ਸੀ ਇੱਕ ਮਹੀਨਾ ਇਲੈਕਸ਼ਨ ਤੋਂ ਪਹਿਲਾਂ ਇਹ ਕੰਪਲੀਟ ਕਰਤਾ ਅੱਛਾ ਬਾਬਾ ਜੀ ਜਿਹੜੇ ਪਿੰਡ ਦੇ ਸਰਪੰਚ ਨੇ ਉਹ ਹੁਣ ਵੀ ਉਹੀ ਨੇ ਕਿ ਬਦਲ ਗਏ ਫਿਰ ਉਹ ਜੀ ਸਰਪੰਚ ਤਾਂ ਜੇ ਵੇਖੀਏ ਤਾਂ ਉਹੀ ਇਹਦਾ ਜੇ ਦੂਜਾ ਕਲਮੇਸੇ ਦੀ ਸੋਚ ਚੱਲੀ ਆ ਕੋਈ ਵੀ ਅੱਛਾ ਵੀ ਨਾਮ ਬਦਲ ਗਿਆ ਸਰਪੰਚ ਦਾ ਹੋਰ ਹੋ ਗਿਆ ਇਹਦਾ ਫੋਰਮੈਨ ਐਨਕੀ ਸੋਚ ਸਮਝ ਇਸੇ ਦੀ ਚੱਲੀ ਮੁਕਾ ਕਰ ਤੂੰ ਠੀਕ ਹੈ ਹਾਂ ਠੀਕ ਹੈ ਬਾਬਾ ਸ਼ੁਕਰੀਆ ਮੇਰਾ ਨਾਮ ਤਾਨਿਆ ਹੈ ਮੇਰਾ ਔਰ ਮੇਰੇ ਬੁਆਏਫ੍ਰੈਂਡ ਕਾ ਕਾਫੀ ਲੰਬੇ ਸਮੇਂ ਸੇ ਰਿਲੇਸ਼ਨਸ਼ਿਪ ਚੱਲ ਰਿਹਾ ਥਾ ਪਰ ਕੁਛ ਮਹੀਨੋਂ ਸੇ